ਆਈ ਲੱਗਦਾ ਮੈਨੂੰ ਇਹ ਮਕਾਨ ਆ ਆਈ ਆ। ਉਹਨੇ ਕਿਹਾ ਸੀਗਾ ਕਿ ਨਾਲ ਨਾ ਲੈਂਟਰ ਪਿਆ ਵਾ ਤੇ ਬੂਹਾ ਸ਼ੂਆ ਕੋਈ ਨਹੀਂ ਲੱਗਾ ਤੇ ਉਹਦੇ ਸਾਹਮਣੇ ਖਾਲੀ ਪਲਾਟ ਆ। ਕਿੰਨੇ ਕੁ ਮਰਲੇ ਦਾ ਆ ਇਹ ਹੁਣ? ਆ ਬਾਜੀ 3 ਕੁ ਮਰਲੇ ਦਾ ਕਹਿੰਦਾ ਸੀ। ਬਣਾਇਆ ਸਾਨੂੰ ਅਸੀਂ ਇੰਨਾ ਕੀ ਕਰਨਾ ਆ, 2-4 ਜੀ ਆ, ਠੀਕ ਆ ਕਿ ਨਹੀਂ? ਤਾਲਾ ਲੱਗਾ ਔਰ ਫੋਨ ਕਰ ਕਿੱਥੇ ਆ? ਮੈਨੂੰ ਕਹਿੰਦਾ ਸੀਗਾ ਜੀ ਮੈਂ ਆ ਰਿਹਾ। ਆ ਰਿਹਾ ਸੀ ਤੇਰੇ ਨਾਲ ਵੀ ਕੱਚੀ ਗੱਲ ਕਰਦਾ ਉਹ। ਉਹਨੂੰ ਫੋਨ ਕਰ, ਉਹਨੂੰ ਕਹਾਂ ਪਹੁੰਚ ਗਏ ਅਸੀਂ ਪਲਾਟ ਤੇ। ਹਾਂਜੀ ਭਾਜੀ ਅਨਵਰ, ਉਹ ਸਰ ਅਸੀਂ ਉੱਥੇ ਖਲੋਤੇ ਹਾਂ ਮਕਾਨ 'ਤੇ ਅਤੇ ਸਰ ਤਾਲਾ ਲੱਗਾ ਉਹਨੂੰ। ਅੱਛਾ 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 ਭਾਜੀ, ਫਿਰ ਛੇਤੀ ਆਇਓ ਅੱਬੂ ਜੀ ਨਾਲ। ਮਿੰਟ ਮਾਰ, ਮਿੰਟ ਮਾਰ, ਜਾਣਾ ਕਿਤੇ। ਅੱਛਾ ਜੀ ਅੱਛਾ, ਠੀਕ ਹੋ ਗਿਆ। ਕੀ ਕਹਿੰਦਾ ਹੈ? ਉਹ ਅੱਬਾ ਜੀ ਕਹਿ ਰਿਹਾ ਕਿ ਮੈਂ ਨਾ ਬੱਚੇ ਟਿਊਸ਼ਨ ਨੂੰ ਲੈ ਕੇ ਆਇਆ ਵਾਂ ਅਤੇ ਚਾਬੀ ਪਈ ਆ ਦਫ਼ਤਰ ਮਕਾਨ ਦੀ, ਅਤੇ ਮੈਂ ਸਰ ਉਹ ਲੈ ਕੇ ਤੁਹਾਡੇ ਕੋਲ ਤਾਂ 5 ਮਿੰਟਾਂ 'ਚ ਆਇਆ। ਅਤੇ ਅਸੀਂ ਹੁਣ ਇੰਨੀ ਦੇਰ ਇੰਤਜ਼ਾਰ ਕਰੀਏ ਉਹਦਾ? ਕੋਈ ਨਹੀਂ ਬਾਈ, ਉਹ ਕਹਿੰਦਾ ਤੂੰ ਘਰੋਂ ਨਿਕਲ ਲੱਗਾ ਯਾਰ, ਉਹਨੂੰ ਫੋਨ ਮਾਰ, ਉਹਨੂੰ ਕਹਿ ਵੀ ਉੱਥੇ ਪਹੁੰਚ ਜਾ। ਮੈਂ ਉਹਨਾਂ ਨੂੰ ਫੋਨ ਕੀਤਾ ਸੀ, ਉਹ ਕਹਿੰਦੇ ਸਰ ਤੁਹਾਡੇ ਤੋਂ ਪਹਿਲੇ ਮੈਂ ਪਹੁੰਚ ਜਾਣਾ। ਲੈ ਪਹੁੰਚ ਜਾਣਾ, ਪਹੁੰਚ ਗਿਆ ਆ। ਉਹ ਕਹਿੰਦਾ ਬੱਚਿਆਂ ਨੂੰ ਟਿਊਸ਼ਨ ਨੂੰ ਲੈ ਕੇ ਆਇਆ ਵਾਂ ਅਤੇ ਮੈਂ ਸਿਰਫ ਦਫ਼ਤਰੋਂ ਚਾਬੀ ਚੱਕਣੀ ਮਕਾਨ ਦੀ ਤੇ ਮੈਂ ਆ ਰਿਹਾ। ਤੈਨੂੰ ਪਤਾ ਵੀ ਬੰਦਿਆਂ ਦਾ ਫੋਨ ਆਇਆ, ਮੀਟਿੰਗ ਆ ਬੜੀ, ਉੱਥੇ ਮੈਂ ਜਾਣਾ ਬਹੁਤ ਜ਼ਰੂਰੀ ਆ। ਕੋਈ ਗੱਲ ਨਹੀਂ, 5-10 ਮਿੰਟਾਂ ਨਾਲ ਕੁਛ ਨਹੀਂ ਹੋ ਜਾਂਦਾ। ਕਹਿੰਦਾ ਮੈਂ ਆ ਰਿਹਾ ਦੀ ਗੱਲ ਹੀ ਕੁਛ ਨਹੀਂ। ਲਓ ਜੀ ਅਨਵਰ ਸਾਹਿਬ ਵੀ ਤੌਬਾ ਤਿੱਲਾ ਹੀ ਨੇ, ਮੈਨੂੰ ਕਹਿੰਦੇ ਉੱਥੇ ਹੈ ਕੋਈ ਨਹੀਂ ਗਾ। ਆ ਵੇਖ ਚੱਲ, ਇਹ ਤਾਲਾ ਬਾਜੀ ਲੱਗਿਆ ਸੀਗਾ। ਲਓ ਜੀ ਅੱਬਾ ਜੀ, ਇਹ ਵਾਸ਼ਰੂਮ, ਇਹ ਪੌੜੀ ਛੱਤ 'ਤੇ ਚੜ੍ਹਦੀ ਹੈ। ਇਹ ਕਿਚਨ ਆ ਜੀ, ਇਹ ਜਿਹੜਾ ਦਰਵਾਜ਼ਾ ਲੱਗਾ। ਮਕਾਨ ਲੱਗਦਾ ਕਿ ਨਵਾਂ ਹੀ ਬਣਿਆ। ਹਾਂਜੀ, ਅਤੇ ਆਹ ਅੱਗੇ ਥੋੜ੍ਹਾ ਜਿਹਾ ਬਰਾਂਡਾ ਵਾ ਅਤੇ ਉਹ ਕਮਰਾ ਪਿੱਛੇ। ਫੁੱਲ ਤਿਆਰੀ ਨਹੀਂ ਅਜੇ ਹੋਈ ਹੈਗੀ। ਅੱਛਾ, ਪਿੱਛੇ ਕਮਰਾ ਇੱਕ ਆ। ਹਾਂਜੀ, ਅੱਗੇ ਬਰਾਂਡਾ ਵਾ ਛੋਟਾ ਜਿਹਾ, ਕਿਚਨ ਆ, ਇਹ ਬਾਥ ਆ, ਇਹ ਪੌੜੀ ਉੱਪਰ ਚੜ੍ਹਦੀ। ਬਣਾਇਆ 2-3 ਜੀ ਆ, ਅਤੇ ਗਰਮੀਆਂ ਇੱਥੇ ਮੰਜੀਆਂ ਡਹਿ ਜਾ ਕਰਨੀਆਂ। ਆ ਠੀਕ ਹੈ, ਜੇ ਛੱਤ 'ਤੇ ਜਾਣਾ ਹੋਇਆ ਤਾਂ ਛੱਤ 'ਤੇ ਚੱਲ ਜਾ ਕਰਨ। ਕਮਰਾ ਪਿਛਲਾ ਵੀ ਠੀਕ ਆ? ਹਾਂਜੀ, ਲੱਗੀ ਕਿ ਨਹੀਂ? ਇਹ ਕਿਚਨ ਹੈ ਅਤੇ ਆਹ ਤਾਲਾ ਲਾਇਆ, ਇਹਦੇ ਵਿੱਚ ਕੀ ਆ? ਨਹੀਂ, ਉਹ ਕੀ ਹੋ ਗਿਆ ਭਾਈ ਗੁਆਚੇ? ਕੀ ਹੋਇਆ ਯਾਰ, ਤੂੰ ਸਾਡੇ ਬੁੱਢੇ ਤਾਂ ਚੜਾਤੇ ਦਬਕਾ ਮਾਰ ਕੇ। ਇਹ ਰੈਂਟ 'ਤੇ ਲੈਣਾ ਮਕਾਨ ਅਸੀਂ, ਅਨਵਰ ਸਾਹਿਬ ਦੇ ਨਾਲ ਗੱਲ ਹੋਈ, ਉਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਕਿ ਬੰਦੇ ਆ ਰਹੇ ਨੇ? ਤੇ ਪੁੱਛਿਆ ਵੀ ਇਹਦੇ ਵਿੱਚ ਹੈ ਕੀ ਆ? ਮੈਂ ਇਸ ਕਮਰੇ 'ਚ ਮੇਰਾ ਕਤਲ ਹੋਇਆ ਸੀ। ਹੈਂ? ਮੇਰਾ 15 ਸਾਲ ਪਹਿਲੇ ਕਤਲ ਹੋਇਆ ਆ ਕਮਰੇ 'ਚ। ਹਾਂਜੀ, ਅਤੇ ਬਾਹਰ ਖਾਲੀ ਫਿਰਨੇ ਆ? ਖਾਲੀ ਆ, ਇਸ ਵਾਸਤੇ ਮੈਂ ਰੂਹ ਨਹੀਂ ਤਾਂ ਕਤਲ ਹੋ ਕੇ ਬਾਹਰ ਆ ਕੇ ਤਾਂ ਤਾਲਾ ਲਾਤਾ। ਮੈਂ ਰੂਹ ਹਾਂ। ਹੈਂ? ਰੂਹ? ਲਓ ਜੀ ਅੱਬਾ ਜੀ, ਮੈਂ ਪੈਸੇ ਤਲਾ ਲਿਆ ਵਾਂ। ਰੂਹ ਉਹ ਨਹੀਂ ਹੈ, ਕਿਹੜੀ ਰੂਹ ਆ? ਉਹ ਰੂਹ ਉਹਨਾਂ ਨੂੰ ਕਹਿੰਦੇ ਆ ਅੱਟ। ਉਹ ਨਹੀਂ ਨਹੀਂ, ਜਿਹੜੀ ਕਹਿੰਦੇ ਤੂੰ ਰੂਹ ਰਾਜ਼ੀ ਕਰਤਾ ਵੀ। 15 ਸਾਲ ਪਹਿਲੇ ਇੱਥੇ ਇਸ ਕਮਰੇ 'ਚ ਮੇਰਾ ਕਤਲ ਹੋਇਆ ਸੀ। 15 ਸਾਲ ਪਹਿਲਾਂ? ਕੀ ਕਿਸੇ ਨੇ ਨੱਚਦੇ ਨੂੰ ਕੀਤਾ ਸੀ? ਤਾਲਾ ਲੱਗਾਇਆ ਸੀ ਨਾ। ਆਓ, ਅੰਦਰੋਂ ਖੋਲਤਾ ਨਾ ਮੈਂ। ਗੱਲ ਤਾਂ ਸਹੀ ਆ ਉਹਦੀ, ਲੇਕਿਨ ਤੁਸੀਂ ਮਜ਼ਾਕ ਕਰ ਰਹੇ ਹੋ, ਇਹ ਮਜ਼ਾਕ ਦਾ ਟਾਈਮ ਨਹੀਂ ਹੈਗਾ। ਸਮੇਂ ਲੱਗੀ ਕਿ ਨਹੀਂ? ਕਦੋਂ ਦੇ ਮਰੇ ਹੋ? 15 ਸਾਲ ਹੋ ਗਏ ਜੀ। ਅਤੇ ਕੀ ਗੱਲ ਆ, ਪੂਰਾ ਹੀ ਤੁਰਿਆ ਫਿਰਦਾ? ਨੇਕ ਬੰਦਾ ਸੀ ਤੂੰ ਕੋਈ? ਉਹ ਮਾਰੋ ਪਰੇ ਕਿਹੜਾ। ਹੈਲੋ ਬਾਜੀ ਰੂਹ, ਇਹਦੇ ਪਿੱਛੇ ਤਰਾਨਾ ਲੱਗਾ ਆਇਆ, ਐਡਾ ਸਿੱਧਾ ਹੋਇਆ ਆ। ਮੈਨੂੰ ਲੱਗਦਾ ਉਹ ਵੀਰ ਭਾਈ ਤੇਰੇ ਕੋਲ ਆਏ ਆ, ਕੀ ਗੱਲ ਕੀ ਆ? ਉਹ ਯਾਰ ਸਾਨੂੰ ਮਕਾਨ ਦਿਖਾ, ਇਹਦਾ ਕਿਰਾਇਆ ਕਿਰੂਆ ਦੱਸ। ਮਕਾਨ ਮੇਰਾ ਨਹੀਂ ਹੈ, ਮੈਂ ਵੀ ਇੱਥੇ ਕਿਰਾਏਦਾਰੀ ਸੀਗਾ, ਮੈਂ ਵੀ ਇੱਥੇ। ਤੂੰ ਸਿੱਧਾ ਤਾਂ ਹੋ, ਤੇਰੇ ਜ਼ਖਮ ਆ ਕਿਤੇ ਵੀ? ਤੈਨੂੰ ਕੋਈ ਲਾਗਾ ਲੱਗਾ ਆਇਆ ਵੀ ਜਿਹੜਾ ਤੂੰ ਐਂ ਟੁਰਨੇ ਆ? ਇੱਦਾਂ ਹੀ ਮੈਨੂੰ ਮਾਰਤਾ ਸੀ ਉਹਨਾਂ ਨੇ। ਮੈਨੂੰ ਤਾਂ ਲੱਗਦਾ ਜਿਵੇਂ ਫਿਰਨੇ ਆ ਤੇਰੀ। ਭਾਜੀ ਮਜ਼ਾਕ ਕਰ ਰਹੇ ਤੁਸੀਂ ਸਾਡੇ ਨਾਲ? ਹੈਲੋ, ਉਹ ਬਾਂਦਰਾਂ ਦੇ ਪੀਟੀ ਮਾਸਟਰ, ਉਹ ਭਾਈ, ਉਹ ਭਾਈ ਪੀਰ ਮੱਲ ਦਾ ਗੰਨਾ ਆਉਂਦਾ, ਸਾਡੇ ਨਾਲ ਸਿੱਧੀ ਗੱਲ ਕਰ। ਹੈਲੋ, ਉਹ ਤੈਨੂੰ ਕਹਿ ਰਿਹਾ ਆ। ਉੱਥੇ ਕੀ ਗੱਲ ਆ, ਜਾ ਕੇ ਉੱਥੇ ਖਲੋ ਜਾਂਦਾ, ਗੱਲਾਂ ਭਰਾਉਣ ਜਾਂਦਾ ਉੱਥੋਂ? ਦਬਕੇ ਹੀ ਮਾਰੀ ਜਾਣਦੇ ਆ ਜਿਵੇਂ ਤੇਰੇ ਕੋਲ ਟਿਊਸ਼ਨ ਆਏ ਆ ਅਸੀਂ। ਆ ਮੇਰਾ ਖੂਨ ਲੱਗਾ ਆ ਸਾਰਾ। ਆਹ ਫੇਟੇ ਮੂੰਹ, ਅੰਦਰੋਂ ਵੀ ਪਲੀਤ ਹੀ ਸੀ। ਦਿਲ ਦਾ ਦਿਖਾ,
दिल का काना काला तो सुनया है, खून का काला पहली दफा ही सुनया है। और यार सानू एदा किराया करवाया दस असी जाइए, मैं रूह हाँ जेड़ा इस मकान च आंदा है ना, मैं उन्हें मार दिना। उन्हें मार जेड़ा आंदा इस ते रेंट ते लेना सी, कड़ा मुश्किल लेना रेंट वाले नूं मारदा, मैं भी मरिया ते जेड़े इत्थे आंदे उन्हां नूं मारना मैं। लै सानू तू कहदे मारना यार, मालक नाल गल होई तुहाडी दरवाजा किदां खुल गया। ऐही गल इहदी मैनूं आ ना तो सही है इह उहदे आउण तक तुसीं ओह भाई वरान इलाके दा चौकीदार हुंदा साडे नाल ना इंज दी गल करी अब्बा जी उरे हो जाओ जिद्दां मैं मरिया ना थप्पड़ मार दिंदा हुंदा जिद्दां मैं मरिया माड़े बंदे दे घर दी पौड़ी हुंदी है, सानू क्यों डराई जाना, असीं तां मकान लैण आए आ। सिद्धा ही तुरी जांदा, पता नहीं की गल आ, मरिया सिद्धा ही आ, किसी ने कंध ना ला के मारिया। इह तां सही, बाहर नाई है कोई? क्यों हाथ तो खोल, बगला च पैसे लगोए है तू? मैं कटिंग करानी है। हैं कटिंग? कटिंग दिखानी किनू, तू तो मरिया है। हैं उत्ते केड़ी तू जाके 14 अगस्त मनानी है जाके? की उत्ते किते भर्ती होण लगा? हैं कटिंग करानी। हैं फिशल करदा नाई? दो दिन दा चौकीदार लाउण लगे तेनू फिशल दा? करदा करदा, मैं धोण ला के करदा है। फरिश्ते मैं ओ ते ला देनी है। छुरी मारा तेरे ढिड गैस कड्ढ मारा की गल तेन ओ भाई गल्लां करन ने बहुतियां तू ओ यार असीं मकान किराए ते लैणा वा ओ यार इहनूं हटा किहड़े काम नूं इह शुरू होण लगा कड्ढां गैस तेरे ढिड चों लग्गिओ मेरे के क्यों कड्ढणी है ओ यार जिन्ने पीली शर्ट पाई ओ ऐनक मिंदे इह मेरी हो गई यार तू किहड़ी मुसीबत च मैनूं पाता है अब्बा जी बड़ी रोंडी जी मौत आ हैं ओ यार असीं इह मकान लैणा रेंट ते फेंको थले बह यार असीं मकान लैण आए आ कि ट्यूशन आए आ अब्बा जी नूं मौत पई सीगी मकान लै लईए लत्तां खुल्लियां कर लत्तां खुल्लियां कर भाजी अब्बा इहनां खोल दिओ खोल ओ यार तूं थल्लिओं दी लंघणा आ लत्तां खुल्लियां कर चढ़े चौड़े कर ओ भाजी एडे ही आ उठक बैठक ला चल बह जा बैठ जा ओए अब्बू दा अंडरपास होया भाजी ਇਹ ਦੇਖ ਰਿਹਾ ਇਹ ਜਿਹੜਾ ਤੇਰੇ ਤੋਂ ਪਹਿਲੇ ਬੰਦੇ ਕਿਰਾਏਦਾਰ ਸੀ ਨਾ ਆ ਉਹਦਾ ਖੂਨ ਲੱਗਾ ਆ ਇਹ ਤੇ ਇਹ ਪਤਾ ਨਹੀਂ ਬੰਦੇ ਚੁੱਲ੍ਹਿਆਂ ਨੂੰ ਸਮਝਦਾ ਪੈਸੇ ਕਿੰਨੇ ਕੋਲ ਹਾਂਜੀ ਪੈਸੇ ਤੁਹਾਨੂੰ ਕਿੱਥੇ ਚਾਹੀਦੇ ਆ ਉੱਤੇ ਤੇ ਕੋਈ ਜਨਰਲ ਸਟੋਰ ਵੀ ਹੈ ਨੀਗਾ ਨਾ ਕੋਈ ਰਸਤੇ 'ਚ ਜਾਂਦੇ ਆ ਕੋਈ ਹੋਟਲ ਆਉਂਦਾ ਵੀ ਜਿੱਥੋਂ ਤੁਸੀਂ ਉੱਤੋਂ ਇਹਨੂੰ ਸ਼ੈਵਾਂ ਆਉਣ ਤੇ ਡਈਆਂ ਇਹਨੇ ਹੁਣ ਪੈਸੇ ਕੀ ਕਰਨੇ ਆ ਬਕਵਾਸ ਪਰ ਸਾਨੂੰ ਨਹੀਂ ਚਾਹੀਦਾ ਮਕਾਨ ਤੁਹਾਡਾ ਭਾਜੀ ਮੈਂ ਫੋਨ ਕਰਾਂ ਉਹਨੂੰ ਫੋਨ ਨਹੀਂ ਕਰਨਾ ਮਹਿਮਾਨ ਮੇਰੇ ਘਰ ਮਹਿਮਾਨ ਆਏ ਨੇ ਇਹ ਖਾਓ ਓਏ ਪਾਥੀ ਆ ਭਰਾਵਾ ਇਹ ਕਿਹੜਾ ਕੋਈ ਬਿਸਕੁਟ ਆ ਇਹ ਅੱਬਾ ਜੀ ਖਾ ਜਾਨ ਬਚਾਉਣੀ ਆ ਤੇ ਖਾ ਲਓ ਬਕਵਾਸ ਬੰਦ ਕਰ ਲਾ ਇਹ ਬੜੀ ਚਕੋਰੀ ਆ ਵੀ ਇਹਦੇ ਵਿੱਚ ਕੀਮਾ ਪਾਇਆ ਆ ਹੁਣ ਤੋਂ ਠੀਕ 10 ਮਿੰਟ ਬਾਅਦ ਤੁਹਾਨੂੰ ਦੋਨਾਂ ਨੂੰ ਮੈਂ ਮਾਰ ਦੇਣਾ ਕਿਉਂ ਮਾਰ ਦੇਣਾ ਹੈ
ਅਸੀਂ ਤੈਨੂੰ ਕੀ ਕਿਹਾ ਤੂੰ ਸਾਨੂੰ ਮਾਰਨ ਆਇਆ ਮੈਨੂੰ ਜਾ ਲੈਣ ਦਿਓ ਮੈਂ ਕਰਿਆਨੇ ਵਾਲੇ ਦੇ ਪੈਸੇ ਦੇਣੇ ਅੱਬੂ ਨੂੰ ਮਾਰ ਦਿਓ ਕੋਈ ਨਹੀਂ ਪੁੱਤ ਮੇਰੇ ਖਾਤੇ ਪਾਜੀ ਤੂੰ ਰਹਿ ਇੱਥੇ ਮੈਂ ਆਪ ਹੀ ਨਾ ਇੱਦਾਂ ਦੀ ਗੱਲ ਨਾ ਕਰੀ ਕੋਈ ਵੀ ਸਾਨੂੰ ਨਹੀਂ ਚਾਹੀਦਾ ਤੇਰਾ ਮਕਾਨ ਸਾਨੂੰ ਨਹੀਂ ਚਾਹੀਦਾ ਤੇਰਾ ਮਕਾਨ ਭਾਈ ਤੈਨੂੰ ਨਾ ਕਰੀ ਇੰਜ ਨਾ ਕਰੀ ਮੈਂ ਉਹਨੂੰ ਫੋਨ ਕਰਾਂ ਇਹ ਭਾਜੀ ਅਨਵਰ ਸਾਹਿਬ ਨੂੰ ਫੋਨ ਕਰਨ ਲੱਗਾ ਜਿਹੜੇ ਕਹਿੰਦੇ ਸੀ ਮਕਾਨ ਵੇਖ ਕੇ ਆਓ ਬੈਕ ਚਲਾਓ ਨੱਚੋ ਨੱਚੋ ਉੱਤੇ ਰਿਵਾਜ ਹੈ ਨੱਚਣ ਦਾ ਨੱਚੋ ਇਹ ਬਾਜੀ ਸਹੀ ਕਹਿ ਰਿਹਾ ਸੀ ਮੈਂ ਰੋ ਹਾਂ ਨੱਚੋ ਸਹੀ ਠਮਕਾ ਹਾਂ ਹਾਂ ਮੁਜਰਾ ਹਾਂ ਹਾਂ ਸਹੀ ਸਟੈਪ ਪੈਸੇ ਸੁੱਟੋ ਮੇਰੇ ਤੇ ਹੈ ਪੈਸੇ ਮੇਰੇ ਤੇ ਸੁੱਟੋ ਨਚਾਉਣ ਸਾਹਿਬ ਤੂੰ ਸਾਡਾ ਤੇ ਪੈਸੇ ਸਿੱਟੀਏ ਤੂੰ ਸਾਡੇ ਤੇ ਸਿੱਟਣੇ ਮੁਜਰਾ ਅਸੀਂ ਕਰ ਰਹੇ ਕਿ ਤੁਸੀਂ ਕਰ ਰਹੇ ਇਹ ਮੇਰਾ ਖਿਆਲ ਆ ਬਾਈ ਜਿਹੜਾ ਫੁਸਰਿਆਂ ਦੇ ਨਾਲ ਸਪੇਅਰ ਬੰਦਾ ਨਹੀਂ ਜਾਂਦਾ ਉਹ ਓਏ ਉਹ ਨਹੀਂ ਇਹ ਖਤਰਨਾਕ ਬੰਦਾ ਆਇਆ ਤੈਨੂੰ ਨਹੀਂ ਪਤਾ ਕਿਹੜਾ ਖਤਰਨਾਕ ਹੈ ਇਦਾਂ ਦੇ ਚੁਕਨੈਜ਼ਰ ਹੁੰਦੇ ਨੇ ਕੱਦ ਤੇ ਵੇਖੋ ਕਿੱਡੇ ਆ ਆਵੇ ਨੇਜ਼ੇ ਦਾ ਪਲੇਅਰ ਲੱਗਣ ਡਿਆ ਆ ਨੇਜ਼ੇ ਦਾ ਅੱਬਾ ਜੀ ਤੁਹਾਡੇ ਵਾਲੀ ਆਉਣ ਡਿਆ ਜੀ ਅਸੀਂ ਤਾਂ ਐ ਕਿਸੇ ਮਸਤ ਨੂੰ ਖਿਲਾਉਣ ਡਏ ਹੁੰਦੇ ਆ ਉਹ ਮੁੰਡਿਆ ਚਲੀਏ ਯਾ ਅੱਲਾ ਮਾਫ ਕਰ ਦੇਈ ਯਾ ਅੱਲਾ ਮਾਫ ਕਰ ਦੇਈ ਓਏ ਕੌਮ ਦੇ ਕੌਣ ਆ ਤੁਸੀਂ ਮਰਾਸੀ ਜੀ ਜੁਗਤਾ ਮਾਰ ਕੇ ਹਸਾਓ ਮਾਰੋ ਜੁਗਤਾ ਦੂਸਰੇ ਨੂੰ ਜ਼ਿੰਦਗੀ ਚ ਪਹਿਲੀ ਵਾਰੀ ਵੇਖਿਆ ਲਾਸ਼ ਕਹਿਣ ਜੁਗਤਾ ਆ ਵੇਖ ਲਓ ਕੰਜਰ ਘੁੰਮਾ ਕੇ ਕੰਧ ਚ ਮਾਰਿਆ ਹੁੰਦਾ ਓਏ ਅੱਬਾ ਵੇਖ ਲਓ ਸਾਰਾ ਘੁਮਾ ਕੇ ਟਾਲੀ ਚ ਮਾਰਿਆ ਇੱਥੇ ਤੇ ਵੀ ਅਸਰ ਨਹੀਂ ਹੋਣ ਡਿਆ ਮਾਰਾ ਜੁਗਤਾ ਤੰਦੂਰ ਚ ਮੇਲੇ ਦੇ ਇਸ਼ਤਿਹਾਰ ਲਾਇਆ ਹੁੰਦਾ ਮੈਂ ਮਰ ਗਿਆ ਓਏ ਮਰ ਜਾ ਕੁਜੀ ਠੂਠੀ ਦੇ ਵਿੱਚ ਆਟਾ ਗੁੰਨਿਆ ਭਾਈ ਇੱਕ ਸ਼ਰਤ ਸੀ ਜੁਗਤਾਂ ਦੇ ਹਸਾਣਾ ਏ ਹੁਣ ਹੱਥ ਨਹੀਂ ਮਾਰਨਾ ਜੁਗਤਾ ਮਾਰੋ ਮਰਾਸੀਓ ਜੁਗਤਾ ਮਾਰੋ ਭਾਈ ਮੇਰੇ ਅੱਬੂ ਆ ਜੁਗਤਾ ਮਾਰਦਾ ਬੰਦਾ ਚੰਗਾ ਲੱਗਦਾ ਤੁਹਾਨੂੰ ਮਾਰੀਏ ਮਾਰੋ ਜੁਗਤਾ ਮੈਨੂੰ ਗੁੱਡੇ ਲੁੱਟਣ ਵਾਲਾ ਝਾਂਬਾ ਹੁੰਦਾ ਗਟਰ ਚ ਫੇਰਨ ਵਾਲਾ ਬਾਸ ਹੁੰਦਾ ਉਹ ਨਾ ਬਾਈ ਤਾ ਮਾਰ ਚੁੱਕਦਾ ਕੋਬਰੇ ਸੱਪ ਦਾ ਭਰਾ ਹੁੰਦਾ ਅੱਬਾ ਜੀ ਹੇਠ ਉੱਪਰ ਪੰਜ ਸੱਤ ਮਾਰੋ ਇਹਨੇ ਫੇਰ ਮਰ ਜਾਣਾ ਹੇਠ ਉੱਪਰ ਪੰਜ ਸੱਤ ਜੁਗਤਾ ਮਾਰਦੇ ਇਹਨੇ ਫੇਰ ਮਰ ਜਾਣਾ ਜੇ ਇੱਦਾਂ ਦੀਆਂ ਮਾਰੋ ਮੀਆਂ ਜਿਹੜਾ ਖੁਸਰਾ ਤੇ ਰਜ਼ਾਈਆਂ ਭਰਦਾ ਜੁਗਤਾਂ ਮਾਰੋ ਮੈਂ ਤੁਹਾਨੂੰ ਦੱਸ ਦਿੰਦਾ ਚਲੋ ਮਾਰੋ ਦਾਦ ਨਾਲ ਬੰਦਾ ਮਰ ਜਾਂਦਾ ਭਾਜੀ ਲਾ ਮੈਂ ਵੀ ਤਾਂ ਮਰੇ ਹੀ ਆ ਮਾਰ ਚੁੱਕਾ ਨਹੀਂ ਤੁਹਾਡੇ ਲਈ ਤੁਸੀਂ ਸਾਡੇ ਵੱਡੇ ਹੋ ਜੇ ਤਾਂ ਤੂੰ ਚੰਗੀ ਜੁਗਤ ਮਾਰੀ ਤੇ ਤੈਨੂੰ ਮੈਂ ਦਾਦ ਦੇਣੀ ਹੈ ਜੇ ਤੂੰ ਫਿੱਕੀ ਕੀਤੀ ਫਿਰ ਮੈਂ ਦਾਦ ਨਹੀਂ ਦੇਣੀ ਕਰ ਫਿੱਕੀ ਅੱਬਾ ਜੀ ਕੋਸ਼ਿਸ਼ ਕਰੋ ਏਦਾਂ ਜਿੱਦਾਂ ਛੱਡਵੀ ਨਾ ਮਾਰਦੇ ਤੇਰੀ ਮਿਹਰਬਾਨੀ ਜੇ ਫਿੱਕੀ ਹੋਈ ਤਾਂ ਨਹੀਂ ਮਾਰਨੀ ਜੇ ਚੰਗੀ ਹੋਈ ਤਾਂ ਮਾਰੂੰਗਾ ਹੁਣ ਦੇਖ ਲਾ ਮੈਨੂੰ ਕਿਹੜੀ ਗੱਲ ਤੋਂ ਹਾਸਾ ਆਉਂਦਾ ਤੇਰੀ ਤੋਂ ਨਹੀਂ ਹੁੰਦਾ ਟਾਲੀ ਤੇ ਮੂੰਹ ਟੰਗਿਆ ਹੁੰਦਾ ਭਾਜੀ ਮਿੱਠੀ ਭਾਜੀ ਸਹੀ ਆ ਫਿੱਕੀ ਆ ਫਿੱਕੀ ਭਾਜੀ ਸਹੀ ਆ ਹਾਂ ਚੱਲ ਬਈ ਹਾਂ ਜੇ ਚੰਗੀ ਹੋਈ ਤਾਂ ਮੈਂ ਦਾਤ ਦੇਣੀ ਹੈ ਇਹ ਮਾੜੇ ਜਿਮ ਖਾਨੇ ਦਾ ਚੌਂਕੀਦਾਰ ਹੁੰਦਾ ਫਿੱਕੀ ਚੱਲ ਬਈ ਇੱਕ ਇੱਕ ਗਲੀ ਦਾ ਘੜੀ ਸਾਜ ਪਾਗਲ ਘਰ ਦਾ ਸਹੀ ਬੰਦਾ ਹੁੰਦਾ ਬੜਾ ਮਜ਼ਾ ਆ ਰਿਹਾ ਇੱਕ ਹੋਰ ਕਰੋ ਅੱਬਾ ਜੀ ਮਾੜੇ ਇਲਾਕੇ ਦਾ ਕੁਆਲ ਲੱਗਣ ਡਿਆ
ਇਹਨੂੰ ਤੁਸੀਂ ਜੁਗਤਾਂ ਮਾਰ ਕੇ ਆ ਰਹੇ ਲਾਓ ਤੇ ਮੈਂ ਨਿਕਲਦਾ ਮੈਂ ਇਹਨੂੰ ਕਿਹੜੀ ਜੁਗਤ ਕਰ ਕਿੱਧਰ ਗਿਆ ਓਏ ਮੈਂ ਮਾਰ ਗਿਆ ਓਏ ਕਿੱਧਰ ਗਿਆ ਇਹ ਓਏ ਅੱਬਾ ਜੀ ਕਿੱਧਰ मकान आप ही दिखाया ताला खुला सी इथे कहिंदा मैनूं जुगतां करो कहिंदा मैं मर गया मैं किचन नूं कहिंदा हथ नाल इथे मेरा कतल होया वा इधरों सानूं हसण दी आवाज आउण डई आ कमरे चो हसण दी आवाज आ रही है आ वेखो आ वे आवाज आउण डई आ रही है मैनूं तां नहीं आ रही तुहानूं कित्थों आ रही ओ यार आउण डई है ओ किधर आ तेरा फिड़े मुंह वरगा मुंह आ आ वे ओ मरे ओ चड़ेल दा भाण जा हुंदा ओए कठी लंद सटाई हुंदी आ आ वेखा यार तू तेरे कान किधर लिए गए इधर से सुनो करनानी चड़ेल दा खोता हुंदा इधर ना इशारे करो यार इधर ना झातियां मारो इत्थे की आ भाजी इधर होया सी मेरा कतल लाशा मकान देने निकलो फिटे मुंडे तो